ਸੈਡ ਗਾਣਾ ਨਹੀਂ ਪਸੰਦ, ਫਿਲਮ ਤਾਂ ਬਹੁਤ ਦੂਰ ਦੀ ਗੱਲ, ਪਰਿੰਦਾ ਫਿਲਮ ਨਹੀਂ ਦੇਖਦੇ। ਉਹ ਕਹਿੰਦੇ ਮੈਂ 10 ਮਿੰਟ ਵੀ ਨਹੀਂ ਦੇਖ ਸਕਦੀ, ਮੈਂ ਰੋਣ ਤੋਣ ਮੈਨੂੰ ਨਹੀਂ ਪਤਾ ਲੱਗਦਾ। ਮੈਨੂੰ ਨਾ ਡਰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਦੇਤਾ ਤੇ ਸਕ੍ਰਿਪਟ ਦਾ ਕੁਐਸਚਨ ਆ ਰਿਹਾ ਯਾਰ। ਸਿੰਪਲੀ ਆਨਸਰ ਇਹ ਹੈ ਕਿ ਪੰਜਾਬ ਦੀ ਆਡੀਅੰਸ ਨੂੰ, ਸਾਨੂੰ ਸਾਰਿਆਂ ਨੂੰ ਯਾਰ, ਮੇਰੇ ਮਦਰ ਨੂੰ ਸੈਡ ਗਾਣਾ ਨਹੀਂ ਪਸੰਦ, ਫਿਲਮ ਤਾਂ ਬਹੁਤ ਦੂਰ ਦੀ ਗੱਲ, ਪਰਿੰਦਾ ਫਿਲਮ ਉਹ ਨਹੀਂ ਦੇਖਦੇ। ਉਹ ਕਹਿੰਦੇ ਮੈਂ 10 ਮਿੰਟ ਵੀ ਨਹੀਂ ਦੇਖ ਸਕਦੀ, ਮੈਂ ਰੋਣ ਤੋਣ ਮੈਨੂੰ ਨਹੀਂ ਪਤਾ ਲੱਗਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਯਾਰ ਸਿਨੇਮਾ ਖੁਸ਼ੀਆਂ ਲਈ ਬਣਿਆ, ਅਸੀਂ ਜ਼ਿੰਦਗੀ ਦਾ ਸਟ੍ਰੈਸ ਛੱਡ ਕੇ ਸਿਨੇਮਾ 'ਚ ਜਾਂਦੇ ਹਾਂ। ਤਾਂ ਮੈਨੂੰ ਪੋਜ਼ਿਟਿਵ, ਜੇ ਮੈਂ ਤੁਹਾਨੂੰ, ਕਿਉਂਕਿ ਮੈਂ ਸਟੋਰੀ ਨਹੀਂ ਦੱਸ ਸਕਦਾ, ਮੇਰੀ ਗੱਲਾਂ ਨਹੀਂ ਦੱਸ ਸਕਦਾ, ਤਾਂ ਇਹ ਫਿਲਮ ਬਹੁਤ ਤੁਹਾਨੂੰ ਖੁਸ਼ੀਆਂ, ਐਂਟਰਟੇਨਿੰਗ, ਤੁਸੀਂ ਨੱਚੋਗੇ ਗਾਣੇ, ਉਹ ਮਾਹੌਲ ਤੁਸੀਂ ਹੱਸੋਗੇ, ਉਹ ਕੈਰੈਕਟਰਸ ਜਿਹੜੇ ਤੁਹਾਨੂੰ ਬਹੁਤ ਹਸਾਉਣਗੇ। ਮਤਲਬ ਬੰਦਾ ਕਹਿੰਦਾ ਨਾ ਕਿ ਯਾਰ ਠੀਕ ਆ ਵੀ ਮੈਂ ਖੁਸ਼ ਹੋ ਕੇ ਆਇਆ, 2 ਘੰਟੇ ਗਿਆ ਸੀ, ਮੇਰੀ ਜ਼ਿੰਦਗੀ ਦਾ ਸਟ੍ਰੈਸ ਮੈਂ ਭੁੱਲ ਗਿਆ। ਸੋ ਆਈ ਥਿੰਕ ਸਟ੍ਰੈਸ ਬਸਟਿੰਗ ਇਹ ਫਿਲਮ ਹੈ। ਜੀ ਯਾਰ ਮੈਨੂੰ ਨਾ ਡਰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਦੇਤਾ ਤੇ ਸਕ੍ਰਿਪਟ ਦਾ ਕੁਐਸਚਨ ਆ ਰਿਹਾ, ਕਿਉਂਕਿ ਬਟ ਆਫ ਕੋਰਸ ਰੋਜ਼ ਰੋਜ਼ ਹੀ ਗੁਲਾਬ ਦੀ ਗੱਲ, ਗੁਲਾਬਾਂ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਗੈਸ ਕਰ ਹੀ ਸਕਦੇ ਹੋ ਕਿ ਇਹ ਕਿਵੇਂ ਹੋ ਸਕਦਾ ਕਿ ਪਿਆਰ ਦੀ ਗੱਲ ਨਾ ਹੋਈ ਹੋਵੇ ਫਿਲਮ 'ਚ। ਜਿੰਨਾ ਕੁ ਮੈਨੂੰ ਪਤਾ ਕਿ ਵਨ ਆਫ ਦਾ ਬੈਸਟ ਇਵੈਂਟਸ ਇਸ ਫਿਲਮ ਦੇ ਅਸੀਂ ਪਲੈਨ ਕੀਤੇ, ਸੋ ਸਿਰਫ ਇੰਡੀਆ ਨਹੀਂ, ਕੈਨੇਡਾ, ਓਵਰਸੀਜ਼ 'ਚ ਵੀ ਜਾ ਰਹੇ ਹਾਂ, ਅਤੇ ਕਿਉਂਕਿ ਉਹ ਕੌਨਫੀਡੈਂਸ ਪ੍ਰੋਡਕਟ ਦੇ, ਪ੍ਰੋਡਕਟ ਦੇਖ ਕੇ ਹੀ ਆ ਸਾਨੂੰ। ਸੈਡ ਗਾਣਾ ਨਹੀਂ ਪਸੰਦ, ਫਿਲਮ ਤਾਂ ਬਹੁਤ ਦੂਰ ਦੀ ਗੱਲ, ਪਰਿੰਦਾ ਫਿਲਮ ਉਹ ਨਹੀਂ ਦੇਖਦੇ। ਉਹ ਕਹਿੰਦੇ ਮੈਂ 10 ਮਿੰਟ ਵੀ ਨਹੀਂ ਦੇਖ ਸਕਦੀ, ਮੈਂ ਰੋਣ ਤੋਣ ਮੈਨੂੰ ਨਹੀਂ ਪਤਾ ਲੱਗਦਾ। ਮੈਨੂੰ ਨਾ ਡਰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਦੇਤਾ ਤੇ ਸਕ੍ਰਿਪਟ ਦਾ ਕੁਐਸਚਨ ਆ ਰਿਹਾ ਯਾਰ। ਸਿੰਪਲੀ ਆਨਸਰ ਇਹ ਹੈ ਕਿ ਪੰਜਾਬ ਦੀ ਆਡੀਅੰਸ ਨੂੰ, ਸਾਨੂੰ ਸਾਰਿਆਂ ਨੂੰ ਯਾਰ, ਮੇਰੇ ਮਦਰ ਨੂੰ ਸੈਡ ਗਾਣਾ ਨਹੀਂ ਪਸੰਦ, ਫਿਲਮ ਤਾਂ ਬਹੁਤ ਦੂਰ ਦੀ ਗੱਲ, ਪਰਿੰਦਾ ਫਿਲਮ ਉਹ ਨਹੀਂ ਦੇਖਦੇ। ਉਹ ਕਹਿੰਦੇ ਮੈਂ 10 ਮਿੰਟ ਵੀ ਨਹੀਂ ਦੇਖ ਸਕਦੀ, ਮੈਂ ਰੋਣ ਤੋਣ ਮੈਨੂੰ ਨਹੀਂ ਪਤਾ ਲੱਗਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਯਾਰ ਸਿਨੇਮਾ ਖੁਸ਼ੀਆਂ ਲਈ ਬਣਿਆ, ਅਸੀਂ ਜ਼ਿੰਦਗੀ ਦਾ ਸਟ੍ਰੈਸ ਛੱਡ ਕੇ ਸਿਨੇਮਾ 'ਚ ਜਾਂਦੇ ਹਾਂ। ਤਾਂ ਮੈਨੂੰ ਪੋਜ਼ਿਟਿਵ, ਜੇ ਮੈਂ ਤੁਹਾਨੂੰ, ਕਿਉਂਕਿ ਮੈਂ ਸਟੋਰੀ ਨਹੀਂ ਦੱਸ ਸਕਦਾ, ਮੇਰੀ ਗੱਲਾਂ ਨਹੀਂ ਦੱਸ ਸਕਦਾ, ਤਾਂ ਇਹ ਫਿਲਮ ਬਹੁਤ ਤੁਹਾਨੂੰ ਖੁਸ਼ੀਆਂ, ਐਂਟਰਟੇਨਿੰਗ, ਤੁਸੀਂ ਨੱਚੋਗੇ ਗਾਣੇ, ਉਹ ਮਾਹੌਲ ਤੁਸੀਂ ਹੱਸੋਗੇ, ਉਹ ਕੈਰੈਕਟਰਸ ਜਿਹੜੇ ਤੁਹਾਨੂੰ ਬਹੁਤ ਹਸਾਉਣਗੇ। ਮਤਲਬ ਬੰਦਾ ਕਹਿੰਦਾ ਨਾ ਕਿ ਯਾਰ ਠੀਕ ਆ ਵੀ ਮੈਂ ਖੁਸ਼ ਹੋ ਕੇ ਆਇਆ, 2 ਘੰਟੇ ਗਿਆ ਸੀ, ਮੇਰੀ ਜ਼ਿੰਦਗੀ ਦਾ ਸਟ੍ਰੈਸ ਮੈਂ ਭੁੱਲ ਗਿਆ। ਸੋ ਆਈ ਥਿੰਕ ਸਟ੍ਰੈਸ ਬਸਟਿੰਗ ਇਹ ਫਿਲਮ ਹੈ। ਜੀ ਯਾਰ ਮੈਨੂੰ ਨਾ ਡਰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਦੇਤਾ ਤੇ ਸਕ੍ਰਿਪਟ ਦਾ ਕੁਐਸਚਨ ਆ ਰਿਹਾ, ਕਿਉਂਕਿ ਬਟ ਆਫ ਕੋਰਸ ਰੋਜ਼ ਰੋਜ਼ ਹੀ ਗੁਲਾਬ ਦੀ ਗੱਲ, ਗੁਲਾਬਾਂ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਗੈਸ ਕਰ ਹੀ ਸਕਦੇ ਹੋ ਕਿ ਇਹ ਕਿਵੇਂ ਹੋ ਸਕਦਾ ਕਿ ਪਿਆਰ ਦੀ ਗੱਲ ਨਾ ਹੋਈ ਹੋਵੇ ਫਿਲਮ 'ਚ। ਅਜੇ ਆਪਣੀ ਫਿਲਮ ਦੇ ਵਿੱਚ ਬਹੁਤ ਟਾਈਮ ਆ ਤੇ ਤੁਸੀਂ ਇਸ ਫਿਲਮ ਨੂੰ ਦਿੱਲੀ, ਮੁੰਬਈ ਜਾਂ
ਜੀ ਜੀ 100% ਅਸੀਂ ਇਹ ਬਾਕੀ ਡਿਟੇਲ 'ਚ ਤਾਂ ਤੁਹਾਨੂੰ ਮਨੀਸ਼ ਭਾਅ ਜੀ ਦੱਸ ਸਕਦੇ ਆ, ਬਟ ਜਿੰਨਾ ਕੁ ਮੈਨੂੰ ਪਤਾ ਕਿ ਵਨ ਆਫ ਦਾ ਬੈਸਟ ਈਵੈਂਟਸ ਇਸ ਫਿਲਮ ਦੇ ਅਸੀਂ ਪਲੈਨ ਕੀਤੇ ਆ। ਸੋ ਸਿਰਫ ਇੰਡੀਆ ਨਹੀਂ, ਕੈਨੇਡਾ ਓਵਰਸੀਜ਼ 'ਚ ਵੀ ਜਾ ਰਹੇ ਹਾਂ, ਅਤੇ ਕਿਉਂਕਿ ਉਹ ਕੋਨਫੀਡੈਂਸ ਪ੍ਰੋਡਕਟ ਦੇ ਪ੍ਰੋਡਕਟ ਦੇਖ ਕੇ ਹੀ ਆ ਸਾਨੂੰ।